ਭਾਜੀ ਮੈਂ ਜ਼ਰੂਰ ਪੇਪਰ ਦੇ ਰਹੀ ਹਾਂ ਤੇ ਜਿਹੜੇ ਐਮਐਲਏ ਸਾਹਿਬ ਉਹਨਾਂ ਦੀ ਆਲਰੇਡੀ ਪਲੱਸ 2 ਹੋਈ ਹੋਈ ਉਹਨਾਂ ਨੇ ਕਾਦੇ ਵਾਸਤੇ ਇੱਥੇ ਪੇਪਰ ਦੇਣ ਆਉਣਾ ਵਾ ਜਦੋਂ ਪੇਪਰ ਤੁਸੀਂ ਅੰਦਰ ਦੇ ਰਹੇ ਸੀ ਉਦੋਂ ਕਿਸ ਤਰੀਕੇ ਦਾ ਮਾਹੌਲ ਬਣਿਆ ਮੈਨੂੰ ਭਾਜੀ ਮੈਂ ਤੁਹਾਨੂੰ ਕੀ ਦੱਸਾਂ ਵੀ ਮੈਨੂੰ ਇੰਨਾ ਡਿਸਟਰਬ ਕੀਤਾ ਗਿਆ ਮੇਰਾ ਰੋਲ ਨੰਬਰ ਪਤਾ ਨਹੀਂ ਕਿੰਨੀ ਵਾਰ ਆ ਕੇ ਇਹਨਾਂ ਨੇ ਰੋਲ ਨੰਬਰ ਲਿਆ ਫਿਰ ਵਾਪਸ ਲੈ ਗਏ ਕਦੀ ਮੈਨੂੰ ਆ ਕੇ ਬਾਰ-ਬਾਰ ਪੁੱਛ ਰਹੇ ਆ ਤੁਹਾਡਾ ਫਾਦਰ ਨੇਮ ਕੀ ਆ ਮਦਰ ਨੇਮ ਕੀ ਆ ਤੁਹਾਡਾ ਰੋਲ ਨੰਬਰ ਕੀ ਆ ਤੁਹਾਡਾ ਬਰਥ ਕਿਹੜੀ ਸਨ ਦਾ ਵਾ ਕਦੀ ਪੁੱਛ ਰਹੇ ਆ ਫੋਟੋ ਤੁਹਾਡੀ ਆ ਕਦੀ ਮੈਨੂੰ ਬਲਕਿ ਬਹੁਤ ਜ਼ਿਆਦਾ ਡਿਸਟਰਬ ਕੀਤਾ ਮੈਂ ਇੰਨੀ ਕੁ ਮੈਂਟਲੀ ਡਿਸਟਰਬ ਹੋਈ ਉੱਥੇ ਬੈਠੀ ਬੈਠੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਹੈਗੀ ਇਵਨ ਕਿ ਪੜ੍ਹਨ ਦੀ ਕੋਈ ਉਮਰ ਹੁੰਦੀ ਬੰਦਾ ਕਦੋਂ ਵੀ ਪੜ੍ਹ ਸਕਦਾ ਕਿਸੇ ਏਜ 'ਚ ਵੀ ਪੜ੍ਹ ਸਕਦਾ ਇਹਦਾ ਮਤਲਬ ਵੀ ਅਸੀਂ ਪੜ੍ਹ ਹੀ ਨਹੀਂ ਸਕਦੇ ਹੈਗੇ ਦੇਖੋ ਜਿਹੜੇ ਅੱਗੇ ਬਾਕੀ ਪੇਪਰ ਹੋਏ ਆ ਉਹਨਾਂ ਵੱਲੋਂ ਮੇਰੇ ਬਾਕੀ ਪੇਪਰ ਵੀ ਸਾਰੇ ਖੁਦ ਮੈਂ ਆ ਕੇ ਇੱਥੇ ਦਿੱਤੇ ਆ ਤੁਸੀਂ ਮੇਰੇ ਸਾਈਨ ਚੈੱਕ ਕਰ ਸਕਦੇ ਹੋ ਇੱਥੇ ਹਰ ਪੇਪਰ 'ਚੋਂ ਸਾਈਨ ਕਲੈਕਟ ਕਰਦੇ ਹੋ ਤੁਸੀਂ ਮੇਰੇ ਸਾਈਨ ਚੈੱਕ ਕਰ ਸਕਦੇ ਹੋ ਅੱਜ ਅੱਜ ਕਿੰਨਵਾਂ ਪੇਪਰ ਸੀ ਤੁਹਾਡਾ ਤੇ ਕਿਸ ਦਾ ਅੱਜ ਮੇਰਾ ਫੋਰਥ ਪੇਪਰ ਸੀ ਇੰਗਲਿਸ਼ ਦਾ ਤੁਸੀਂ ਕੁਝ ਆਪਣੇ ਵੱਲੋਂ ਕਹਿਣਾ ਚਾਹੁੰਦੇ ਹੋ ਸਫਲ ਮੈਂ ਕੀ ਕਹਾਂ ਉਹਨਾਂ ਨੂੰ ਮੈਂ ਕੀ ਕਹਿ ਸਕਦੀ ਹਾਂ ਵੀ ਉਹ ਹਰ ਥਾਂ ਤੇ ਪੋਲਿਟਿਕਸ ਲੈ ਕੇ ਆ ਜਾਂਦੇ ਨੇ ਹਰ ਥਾਂ ਤੇ ਰਾਜਨੀਤੀ ਲੈ ਕੇ ਆ ਜਾਂਦੇ ਨੇ ਹਰ ਇੱਕ ਦੀ ਪਰਸਨਲ ਲਾਈਫ 'ਚ ਇੰਟਰਫੇਅਰ ਕਰਨਾ ਉਹਨਾਂ ਦੀ ਇੰਨੀ ਕੁ ਭੈੜੀ ਆਦਤ ਹੋ ਚੁੱਕੀ ਆ ਕਿ ਅਸੀਂ ਤੁਸੀਂ ਆਪ ਸੋਚੋ ਵੀ ਉਹਨਾਂ ਨੇ ਕਿੰਨੀ ਗੰਦੀ ਹਰਕਤ ਕੀਤੀ ਆ ਕਿ ਹਾਂ ਵੀ ਮੈਨੂੰ ਉੱਥੇ ਪੇਪਰ ਦਿੰਦੇ ਆ ਡਿਸਟਰਬ ਕਰ ਰਹੇ ਆ ਬਾਰ-ਬਾਰ ਆ ਰਹੇ ਆ ਪੁੱਛ ਰਹੇ ਆ ਕਦੀ ਕਿਸੇ ਨੂੰ ਭੇਜ ਰਹੇ ਆ ਕਦੀ ਮੀਡੀਆ ਵਾਲੇ ਲੈ ਕੇ ਆ ਗਿਆ ਇੱਥੇ ਕਿੰਨਾ ਮਾਹੌਲ ਗੰਦਾ ਮੈਨੂੰ ਇੱਥੇ ਇੰਨਾ ਕੁ ਮਤਲਬ ਕੀ ਦੱਸਾਂ ਵੀ ਕਿੱਦਾਂ ਫੀਲ ਹੋ ਰਿਹਾ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦੀ ਹੈਗੀ ਬੱਚੇ ਹੋਰ ਵੀ ਬਹੁਤ ਜ਼ਿਆਦਾ ਡਿਸਟਰਬ ਹੋਏ ਜਿਹੜੇ ਅੰਦਰ ਬੈਠੇ ਸੀ ਉਹਨਾਂ ਦੇ ਵੀ ਇਵਨ ਕਿ ਰੋਲ ਨੰਬਰ ਮੇਰੇ ਤੋਂ ਉਹਨਾਂ ਦੇ ਵੀ ਨਾਲ ਲਏ ਕਿ ਉਹਨਾਂ ਨੂੰ ਵੀ ਡਿਸਟਰਬ ਕੀਤਾ ਗਿਆ ਜਿਹੜੇ ਮੇਰੀ ਰੋਚ ਬੈਠੇ ਹੋਏ ਸੀ ਬਾਰ-ਬਾਰ ਬਹੁਤ ਬਹੁਤ ਹੱਦ ਤੱਕ ਮੈਂ ਤੰਗ ਕੀਤਾ ਗਿਆ ਤੁਸੀਂ ਕੁਝ ਆਪਣੇ ਵੱਲੋਂ ਅਪੀਲ ਸਿੱਖਿਆ ਵਿਭਾਗ ਦੇ ਅਧਿਕਾਰੀ ਨੂੰ ਕਰਨਾ ਚਾਹੁੰਦੇ ਹੋ ਅਪੀਲ ਮੈਂ ਇਹੀ ਕਰਨਾ ਚਾਹੁੰਦੀ ਹਾਂ ਕਿ ਠੀਕ ਹੈ ਮੈਂ ਪੇਪਰ ਦੇ ਰਹੀ ਹਾਂ ਮੈਨੂੰ ਇੰਨਾ ਤੰਗ ਕੀਤਾ ਜਾਂਦਾ ਇਹਨਾਂ ਦੇ ਖਿਲਾਫ ਕੋਈ ਸਖਤ ਕਾਰਵਾਈ ਹੋਣੀ ਚਾਹੀਦੀ ਆ ਕਿ ਹਾਂ ਵੀ ਮੈਨੂੰ ਇੰਨਾ ਇੱਥੇ ਬੈਠੀ ਨੂੰ ਕਿਉਂ ਡਿਸਟਰਬ ਕੀਤਾ ਗਿਆ ਮੈਨੂੰ ਮੈਂਟਲੀ ਡਿਸਟਰਬ ਕੀਤਾ ਗਿਆ ਭਾਜੀ ਮੈਂ ਜ਼ਰੂਰ ਪੇਪਰ ਦੇ ਰਹੀ ਹਾਂ ਤੇ ਜਿਹੜੇ ਐਮਐਲਏ ਸਾਹਿਬ ਉਹਨਾਂ ਦੀ ਆਲਰੇਡੀ ਪਲੱਸ 2 ਹੋਈ ਹੋਈ ਉਹਨਾਂ ਨੇ ਕਾਦੇ ਵਾਸਤੇ ਇੱਥੇ ਪੇਪਰ ਦੇਣ ਆਉਣਾ ਵਾ ਜਦੋਂ ਪੇਪਰ ਤੁਸੀਂ ਅੰਦਰ ਦੇ ਰਹੇ ਸੀ ਉਦੋਂ ਕਿਸ ਤਰੀਕੇ ਦਾ ਮਾਹੌਲ ਬਣਿਆ ਮੈਨੂੰ ਭਾਜੀ ਮੈਂ ਤੁਹਾਨੂੰ ਕੀ ਦੱਸਾਂ ਵੀ ਮੈਨੂੰ ਇੰਨਾ ਡਿਸਟਰਬ ਕੀਤਾ ਗਿਆ ਮੇਰਾ ਰੋਲ ਨੰਬਰ ਪਤਾ ਨਹੀਂ ਕਿੰਨੀ ਵਾਰ ਆ ਕੇ ਇਹਨਾਂ ਨੇ ਰੋਲ ਨੰਬਰ ਲਿਆ ਫਿਰ ਵਾਪਸ ਲੈ ਗਏ ਕਦੀ ਮੈਨੂੰ ਆ ਕੇ ਬਾਰ-ਬਾਰ ਪੁੱਛ ਰਹੇ ਆ ਤੁਹਾਡਾ ਫਾਦਰ ਨੇਮ ਕੀ ਆ ਮਦਰ ਨੇਮ ਕੀ ਆ ਤੁਹਾਡਾ ਰੋਲ ਨੰਬਰ ਕੀ ਆ ਤੁਹਾਡਾ ਬਰਥ ਕਿਹੜੀ ਸਨ ਦਾ ਵਾ ਕਦੀ ਪੁੱਛ ਰਹੇ ਆ ਫੋਟੋ ਤੁਹਾਡੀ ਆ ਕਦੀ ਮੈਨੂੰ ਬਲਕਿ ਬਹੁਤ ਜ਼ਿਆਦਾ ਡਿਸਟਰਬ ਕੀਤਾ ਮੈਂ ਇੰਨੀ ਕੁ ਮੈਂਟਲੀ ਡਿਸਟਰਬ ਹੋਈ ਉੱਥੇ ਬੈਠੀ ਬੈਠੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਹੈਗੀ ਇਵਨ ਕਿ ਪੜ੍ਹਨ ਦੀ ਕੋਈ ਉਮਰ ਹੁੰਦੀ ਬੰਦਾ ਕਦੋਂ ਵੀ ਪੜ੍ਹ ਸਕਦਾ ਕਿਸੇ ਏਜ 'ਚ ਵੀ ਪੜ੍ਹ ਸਕਦਾ ਇਹਦਾ ਮਤਲਬ ਵੀ ਅਸੀਂ ਪੜ੍ਹ ਹੀ ਨਹੀਂ ਸਕਦੇ ਹੈਗੇ ਮੇਰੇ ਬਾਕੀ ਪੇਪਰ ਵੀ ਸਾਰੇ ਖੁਦ ਮੈਂ ਆ ਕੇ ਇੱਥੇ ਦਿੱਤੇ ਆ ਤੁਸੀਂ ਮੇਰੇ ਸਾਈਨ ਚੈੱਕ ਕਰ ਸਕਦੇ ਹੋ ਇੱਥੇ ਹਰ ਪੇਪਰ 'ਚੋਂ ਸਾਈਨ ਕਲੈਕਟ ਕਰਦੇ ਤੁਸੀਂ ਮੇਰੇ ਸਾਈਨ ਚੈੱਕ ਕਰ ਸਕਦੇ ਹੋ ਅੱਜ ਕਿੰਨਵਾਂ ਪੇਪਰ ਸੀ ਤੁਹਾਡਾ ਤੇ ਕਿਸ ਦਾ ਅੱਜ ਮੇਰਾ ਫੋਰਥ ਪੇਪਰ ਸੀ ਇੰਗਲਿਸ਼ ਦਾ ਤੁਸੀਂ ਕੁਝ ਆਪਣੇ ਵੱਲੋਂ ਕਹਿਣਾ ਚਾਹੁੰਦੇ ਹੋ ਸਫਲ ਮੈਂ ਕੀ ਕਹਾਂ ਉਹਨਾਂ ਨੂੰ ਮੈਂ ਕੀ ਕਹਿ ਸਕਦੀ ਹਾਂ ਵੀ ਉਹ ਹਰ ਥਾਂ ਤੇ ਪੋਲਿਟਿਕਸ ਲੈ ਕੇ ਆ ਜਾਂਦੇ ਨੇ ਹਰ ਥਾਂ ਤੇ ਰਾਜਨੀਤੀ ਲੈ ਕੇ ਆ ਜਾਂਦੇ ਨੇ ਹਰ ਇੱਕ ਦੀ ਪਰਸਨਲ ਲਾਈਫ 'ਚ ਇੰਟਰਫੇਅਰ ਕਰਨਾ ਉਹਨਾਂ ਦੀ ਇੰਨੀ ਕੁ ਭੈੜੀ ਆਦਤ ਹੋ ਚੁੱਕੀ ਆ ਕਿ ਅਸੀਂ ਤੁਸੀਂ ਆਪ ਸੋਚੋ ਵੀ ਉਹਨਾਂ ਨੇ ਕਿੰਨੀ ਗੰਦੀ ਹਰਕਤ ਕੀਤੀ ਆ ਕਿ ਹਾਂ ਵੀ ਮੈਨੂੰ ਉੱਥੇ ਪੇਪਰ ਦਿੰਦੇ ਆ ਡਿਸਟਰਬ ਕਰ ਰਹੇ ਆ ਬਾਰ-ਬਾਰ ਆ ਰਹੇ ਆ ਪੁੱਛ ਰਹੇ ਆ ਕਦੀ ਕਿਸੇ ਨੂੰ ਭੇਜ ਰਹੇ ਆ ਕਦੀ ਮੀਡੀਆ ਵਾਲੇ ਲੈ ਕੇ ਆ ਗਿਆ ਇੱਥੇ ਕਿੰਨਾ ਮਾਹੌਲ ਗੰਦਾ ਮੈਨੂੰ ਇੱਥੇ ਇੰਨਾ ਕੁ ਮਤਲਬ ਕੀ ਦੱਸਾਂ ਵੀ ਕਿੱਦਾਂ ਫੀਲ ਹੋ ਰਿਹਾ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦੀ ਹੈਗੀ ਬੱਚੇ ਹੋਰ ਵੀ ਬਹੁਤ ਜ਼ਿਆਦਾ ਡਿਸਟਰਬ ਹੋਏ ਜਿਹੜੇ ਅੰਦਰ ਬੈਠੇ ਸੀ ਉਹਨਾਂ ਦੇ ਵੀ ਇਵਨ ਕਿ ਰੋਲ ਨੰਬਰ ਮੇਰੇ ਤੋਂ ਉਹਨਾਂ ਦੇ ਵੀ ਨਾਲ ਲਏ ਕਿ ਉਹਨਾਂ ਨੂੰ ਵੀ ਡਿਸਟਰਬ ਕੀਤਾ ਗਿਆ ਜਿਹੜੇ ਮੇਰੀ ਰੋਚ ਬੈਠੇ ਹੋਏ ਸੀ ਬਾਰ-ਬਾਰ ਬਹੁਤ ਬਹੁਤ ਹੱਦ ਤੱਕ ਮੈਂ ਤੰਗ ਕੀਤਾ ਗਿਆ ਤੁਸੀਂ ਕੁਝ ਆਪਣੇ ਵੱਲੋਂ ਅਪੀਲ ਸਿੱਖਿਆ ਵਿਭਾਗ ਦੇ ਅਧਿਕਾਰੀ ਨੂੰ ਕਰਨਾ ਚਾਹੁੰਦੇ ਹੋ ਅਪੀਲ ਮੈਂ ਇਹੀ ਕਰਨਾ ਚਾਹੁੰਦੀ ਹਾਂ ਕਿ ਠੀਕ ਹੈ ਮੈਂ ਪੇਪਰ ਦੇ ਰਹੀ ਹਾਂ ਮੈਨੂੰ ਇੰਨਾ ਤੰਗ ਕੀਤਾ ਜਾਂਦਾ ਇਹਨਾਂ ਦੇ ਖਿਲਾਫ ਕੋਈ ਸਖਤ ਕਾਰਵਾਈ ਹੋਣੀ ਚਾਹੀਦੀ ਆ ਕਿ ਹਾਂ ਵੀ ਮੈਨੂੰ ਇੰਨਾ ਇੱਥੇ ਬੈਠੀ ਨੂੰ ਕਿਉਂ ਡਿਸਟਰਬ ਕੀਤਾ ਗਿਆ ਮੈਨੂੰ ਮੈਂਟਲੀ ਡਿਸਟਰਬ ਕੀਤਾ ਗਿਆ